ਫਿਲਮ ਰਿਲੀਜ਼ ਹੋ ਗਈ ਹੈ ਪਰ ਟੀ ਸ਼ਰਟ ਨਹੀਂ ਉਤਾਰੀ, ਕਿਉਂ? ਇਹ ਹੁਣ ਜਦੋਂ ਤੱਕ ਸਿਨੇਮੇ 'ਚ ਫਿਲਮ ਲੱਗੀ ਰਹੂਗੀ ਜੀ, ਉਸ ਤੋਂ ਬਾਅਦ ਉਤਾਰੀ। ਇਹ ਦਲਜੀਤ ਭਾਈ ਦੀ ਟੀਮ ਤੋਂ ਮਿਲੀ ਹੈ ਜੀ ਟੀ ਸ਼ਰਟ, ਤੇ ਉਹਨਾਂ ਨੇ ਦਿੱਤੀ। ਮਿਲੀ ਹੈ ਜੀ? ਪੱਕੀ ਗੱਲ ਹੈ ਕਿ ਚੋਰੀ ਕੀਤੀ ਹੈ? ਕਿਆ, ਸੱਚੀ ਦੱਸੋ? ਨਹੀਂ ਤਾਂ ਦੋ ਕੁਰਸੀਆਂ ਨਾਲ ਬੈਠੇ ਨੇ, ਹੁਣੀ ਕਾਰਵਾਈ ਹੋ ਜਾਣੀ। ਰਾਜ ਦੱਸੋ ਕੈਮਰੇ ਦੇ, ਜਿਹੜਾ ਤੁਸੀਂ ਆਫ ਦਾ ਕੈਮਰਾ ਦੱਸਿਆ ਸੀ, ਕਿੱਥੋਂ ਲਈ ਹੈ? ਦਲਜੀਤ ਭਾਈ ਦੀ ਟੀਮ ਤੋਂ ਮਿਲੀ ਹੈ ਜੀ ਟੀ ਸ਼ਰਟ, ਤੇ ਉਹਨਾਂ ਨੇ ਦਿੱਤੀ। ਮਿਲੀ ਹੈ ਜੀ? ਪੱਕੀ ਗੱਲ ਹੈ ਕਿ ਚੋਰੀ ਕੀਤੀ ਹੈ? ਕਿਆ, ਸੱਚੀ ਦੱਸੋ? ਮਿਲੀ ਹੈ ਜੀ, ਇਸ ਤੋਂ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਦਲਜੀਤ ਦੋਸਾਂਝ ਹੋਰਾਂ ਦੇ ਨਾਲ ਕੰਮ ਕਰਕੇ, ਕਿਵੇਂ ਕੁਝ ਵੱਖਰਾ ਲੱਗਦਾ? ਮੈਮ ਪੋਜ਼ਿਟਿਵ ਵਾਈਬਸ ਬਹੁਤ ਨੇ ਜੀ ਭਾਅ ਜੀ, ਕੁਛ ਔਰ ਉਹਨਾਂ ਦਾ ਇੱਦਾਂ ਦਾ ਜੀ, ਜਦੋਂ ਵੀ ਉਹਨਾਂ ਨਾਲ ਕੰਮ ਕਰਦੇ ਹਾਂ ਤਾਂ ਬਹੁਤ ਵਧੀਆ ਲੱਗਦਾ, ਆਪਣੇ ਆਪ 'ਚ ਕੌਨਫੀਡੈਂਸ ਲੈਵਲ ਬਹੁਤ ਜ਼ਿਆਦਾ ਅੱਪ ਹੋ ਜਾਂਦਾ ਜੀ ਉਹਨਾਂ ਨਾਲ ਕੰਮ ਕਰਨ ਦਾ, ਅਤੇ ਉਹਨਾਂ ਦਾ ਸੁਭਾਅ ਬਹੁਤ ਵਧੀਆ। ਇਸ ਤੋਂ ਪਹਿਲਾਂ ਵੀ ਮੈਂ ਉਹਨਾਂ ਨਾਲ ਫਿਲਮ ਕੀਤੀ ਸੀ ਜੀ ਛੜਾ ਜੀ, ਅਤੇ ਉਦੋਂ ਵੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ, ਹੁਣ ਵਧੀਆ ਭਾਅ ਜੀ ਨਾਲ ਦੂਜੀ ਵਾਰੀ ਮੌਕਾ ਮਿਲਿਆ ਜੀ। ਫਿਲਮ ਰਿਲੀਜ਼ ਹੋ ਗਈ ਹੈ ਪਰ ਟੀ ਸ਼ਰਟ ਨਹੀਂ ਉਤਾਰੀ, ਕਿਉਂ? ਇਹ ਹੁਣ ਜਦੋਂ ਤੱਕ ਸਿਨੇਮੇ 'ਚ ਫਿਲਮ ਲੱਗੀ ਰਹੂਗੀ ਜੀ, ਉਸ ਤੋਂ ਬਾਅਦ ਉਤਾਰੀ। ਇਹ ਦਲਜੀਤ ਭਾਈ ਦੀ ਟੀਮ ਤੋਂ ਮਿਲੀ ਹੈ ਜੀ ਟੀ ਸ਼ਰਟ, ਤੇ ਉਹਨਾਂ ਨੇ ਦਿੱਤੀ। ਮਿਲੀ ਹੈ ਜੀ? ਪੱਕੀ ਗੱਲ ਹੈ ਕਿ ਚੋਰੀ ਕੀਤੀ ਹੈ? ਕਿਆ, ਸੱਚੀ ਦੱਸੋ? ਨਹੀਂ ਤਾਂ ਦੋ ਕੁਰਸੀਆਂ ਨਾਲ ਬੈਠੇ ਨੇ, ਹੁਣੀ ਕਾਰਵਾਈ ਹੋ ਜਾਣੀ। ਇਹ ਟੀ ਸ਼ਰਟ ਪਾਸੇ ਪਿਆਰੀ ਹੈ ਜੀ ਉਹਨਾਂ ਥੋੜੀ ਦੂਰ ਬਾਅਦ ਦੱਸਦੇ ਜੀ। ਸਵੇਰੇ ਸ਼ਾਮ ਭਾਈ ਰੱਖ ਦਿਓ। ਹਾਂਜੀ ਬਈ ਜੀ, ਤੁਸੀਂ ਫਿਲਮ ਰਿਲੀਜ਼ ਹੋ ਗਈ ਹੈ ਪਰ ਟੀ ਸ਼ਰਟ ਨਹੀਂ ਉਤਾਰੀ, ਕਿਉਂ? ਇਹ ਹੁਣ ਜਦੋਂ ਤੱਕ ਸਿਨੇਮੇ 'ਚ ਫਿਲਮ ਲੱਗੀ ਰਹੂਗੀ ਜੀ, ਉਸ ਤੋਂ ਬਾਅਦ ਉਤਾਰੀ ਜਾਓ। ਇਹ ਟੀ ਸ਼ਰਟ ਦੇ ਪਿੱਛੇ ਦਾ ਪਹਿਲਾਂ ਤਾਂ ਰਾਜ ਦੱਸੋ ਕੈਮਰੇ ਦੇ, ਜਿਹੜਾ ਤੁਸੀਂ ਆਫ ਦਾ ਕੈਮਰਾ ਦੱਸਿਆ ਸੀ, ਕਿੱਥੋਂ ਲਈ ਹੈ ਟੀ ਸ਼ਰਟ? ਇਹ ਦਲਜੀਤ ਭਾਈ ਦੀ ਟੀਮ ਤੋਂ ਮਿਲੀ ਹੈ ਜੀ ਟੀ ਸ਼ਰਟ, ਤੇ ਉਹਨਾਂ ਨੇ ਦਿੱਤੀ। ਮਿਲੀ ਹੈ ਜੀ? ਪੱਕੀ ਗੱਲ ਹੈ ਕਿ ਚੋਰੀ ਕੀਤੀ ਹੈ? ਕਿਆ, ਸੱਚੀ ਦੱਸੋ? ਮਿਲੀ ਹੈ ਜੀ, ਪੱਕੀ ਗੱਲ? ਨਹੀਂ ਤਾਂ ਦੋ ਕੁਰਸੀਆਂ ਨਾਲ ਬੈਠੇ ਨੇ, ਹੁਣੀ ਕਾਰਵਾਈ ਹੋ ਜਾਣੀ। ਨਹੀਂ, ਇਹ ਟੀ ਸ਼ਰਟ ਪਾਸੇ ਪਿਆਰੀ ਹੈ ਜੀ ਉਹਨਾਂ। ਸਵੇਰੇ ਸ਼ਾਮ ਭਾਈ ਰੱਖ ਦਿਓ। ਹਾਂਜੀ, ਇਸ ਤੋਂ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਦਲਜੀਤ ਦੋਸਾਂਝ ਹੋਰਾਂ ਦੇ ਨਾਲ ਕੰਮ ਕਰਕੇ, ਕਿਵੇਂ ਕੁਝ ਵੱਖਰਾ ਲੱਗਦਾ? ਮੈਮ ਪੋਜ਼ਿਟਿਵ ਵਾਈਬਸ ਬਹੁਤ ਨੇ ਜੀ ਭਾਅ ਜੀ, ਕੁਛ ਔਰ ਉਹਨਾਂ ਦਾ ਇੱਦਾਂ ਦਾ ਜੀ, ਜਦੋਂ ਵੀ ਉਹਨਾਂ ਨਾਲ ਕੰਮ ਕਰਦੇ ਹਾਂ ਤਾਂ ਬਹੁਤ ਵਧੀਆ ਲੱਗਦਾ, ਆਪਣੇ ਆਪ 'ਚ ਕੌਨਫੀਡੈਂਸ ਲੈਵਲ ਬਹੁਤ ਜ਼ਿਆਦਾ ਅੱਪ ਹੋ ਜਾਂਦਾ ਜੀ ਉਹਨਾਂ ਨਾਲ ਕੰਮ ਕਰਨ ਦਾ, ਅਤੇ ਉਹਨਾਂ ਦਾ ਸੁਭਾਅ ਬਹੁਤ ਵਧੀਆ। ਇਸ ਤੋਂ ਪਹਿਲਾਂ ਵੀ ਮੈਂ ਉਹਨਾਂ ਨਾਲ ਫਿਲਮ ਕੀਤੀ ਸੀ ਜੀ ਛੜਾ ਜੀ, ਤੇ ਉਦੋਂ ਵੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ, ਹੁਣ ਵਧੀਆ ਭਾਅ ਜੀ ਨਾਲ ਦੂਜੀ ਵਾਰੀ ਮੌਕਾ ਮਿਲਿਆ ਜੀ। ਫਿਲਮ ਰਿਲੀਜ਼ ਹੋ ਗਈ ਹੈ ਪਰ ਟੀ ਸ਼ਰਟ ਨਹੀਂ ਉਤਾਰੀ, ਕਿਉਂ? ਇਹ ਹੁਣ ਜਦੋਂ ਤੱਕ ਸਿਨੇਮੇ 'ਚ ਫਿਲਮ ਲੱਗੀ ਰਹੂਗੀ ਜੀ, ਉਸ ਤੋਂ ਬਾਅਦ ਉਤਾਰੀ। ਇਹ ਦਲਜੀਤ ਭਾਈ ਦੀ ਟੀਮ ਤੋਂ ਮਿਲੀ ਹੈ ਜੀ ਟੀ ਸ਼ਰਟ, ਤੇ ਉਹਨਾਂ ਨੇ ਦਿੱਤੀ। ਮਿਲੀ ਹੈ ਜੀ? ਪੱਕੀ ਗੱਲ ਹੈ ਕਿ ਚੋਰੀ ਕੀਤੀ ਹੈ? ਕਿਆ, ਸੱਚੀ ਦੱਸੋ? ਨਹੀਂ ਤਾਂ ਦੋ ਕੁਰਸੀਆਂ ਨਾਲ ਬੈਠੇ ਨੇ, ਹੁਣੀ ਕਾਰਵਾਈ ਹੋ ਜਾਣੀ। ਰਾਜ ਦੱਸੋ ਕੈਮਰੇ ਦੇ, ਜਿਹੜਾ ਤੁਸੀਂ ਆਫ ਦਾ ਕੈਮਰਾ ਦੱਸਿਆ ਸੀ, ਕਿੱਥੋਂ ਲਈ ਹੈ? ਇਹ ਦਲਜੀਤ ਭਾਈ ਦੀ ਟੀਮ ਤੋਂ ਮਿਲੀ ਹੈ ਜੀ ਟੀ ਸ਼ਰਟ, ਤੇ ਉਹਨਾਂ ਨੇ ਦਿੱਤੀ। ਮਿਲੀ ਹੈ ਜੀ? ਪੱਕੀ ਗੱਲ ਹੈ ਕਿ ਚੋਰੀ ਕੀਤੀ ਹੈ? ਕਿਆ, ਸੱਚੀ ਦੱਸੋ? ਮਿਲੀ ਹੈ ਜੀ, ਪੱਕੀ ਗੱਲ? ਨਹੀਂ ਤਾਂ ਦੋ ਕੁਰਸੀਆਂ ਨਾਲ ਬੈਠੇ ਨੇ, ਹੁਣੀ ਕਾਰਵਾਈ ਹੋ ਜਾਣੀ। ਨਹੀਂ, ਇਹ ਟੀ ਸ਼ਰਟ ਪਾਸੇ ਪਿਆਰੀ ਹੈ ਜੀ ਉਹਨਾਂ। ਸਵੇਰੇ ਸ਼ਾਮ ਭਾਈ ਰੱਖ ਦਿਓ। ਹਾਂਜੀ, ਇਸ ਤੋਂ ਪਹਿਲਾਂ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ ਦਲਜੀਤ ਦੋਸਾਂਝ ਹੋਰਾਂ ਦੇ ਨਾਲ ਕੰਮ ਕਰਕੇ, ਕਿਵੇਂ ਕੁਝ ਵੱਖਰਾ ਲੱਗਦਾ? ਮੈਮ
ਪੋਜ਼ਿਟਿਵ ਵਾਈਬਸ ਬਹੁਤ ਨੇ ਜੀ ਭਾਜੀ ਜੀ ਕੁਛ ਔਰ ਉਹਨਾਂ ਦਾ ਇੱਦਾਂ ਦਾ ਜੀ ਜਦੋਂ ਵੀ ਉਹਨਾਂ ਨਾਲ ਕੰਮ ਕਰਦੇ ਹਾਂ ਤਾਂ ਬਹੁਤ ਵਧੀਆ ਲੱਗਦਾ ਆਪਣੇ ਆਪ 'ਚ ਕੋਨਫੀਡੈਂਸ ਲੈਵਲ ਬਹੁਤ ਜ਼ਿਆਦਾ ਅੱਪ ਹੋ ਜਾਂਦਾ ਜੀ ਉਹਨਾਂ ਨਾਲ ਕੰਮ ਕਰਨ ਦਾ ਅਤੇ ਉਹਨਾਂ ਦਾ ਸੁਭਾਅ ਬਹੁਤ ਵਧੀਆ ਇਸ ਤੋਂ ਪਹਿਲਾਂ ਵੀ ਮੈਂ ਉਹਨਾਂ ਨਾਲ ਫਿਲਮ ਕੀਤੀ ਸੀ ਜੀ ਛੜਾ ਜੀ ਅਤੇ ਉਦੋਂ ਵੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਹੁਣ ਵਧੀਆ ਭਾਜੀ ਨਾਲ ਦੂਜੀ ਵਾਰੀ ਮੌਕਾ ਮਿਲਿਆ ਜੀ ਕੰਮ